ਇਸ ਰੈਸਲਿੰਗ ਇਵੈਂਟ ਦੇ ਵਿੱਚ ਪੁੱਜਣ ਤੇ ਦਰਸ਼ਨ ਕੋਟ ਸਾਹਿਬ ਦਾ ਵੀ ਪੁੱਜਣ ਤੇ ਬਹੁਤ ਬਹੁਤ ਸਵਾਗਤ ਹੈ। ਹੁਣ ਜਿਹੜਾ ਮੁਕਾਬਲਾ ਹੋਣ ਜਾ ਰਿਹਾ, ਇੱਕ ਪਾਸੇ ਗੁਰਨੂਰ ਰੈੱਡ ਕੋਸਟਿਊਮ ਦੇ ਵਿੱਚ ਮੁੱਲਾ ਪਰ ਤੇ ਨਾਲ ਕੋਟ ਸਾਹਿਬ ਦੱਸਿਆ ਜੀ ਕਿਹੜਾ ਜੀ, ਤੇ ਚੌਥੇ ਕੁਆਟਰ ਦੇ ਜਿਹੜੇ ਭਲਵਾਨ ਨੇ ਉਹ ਵੀ ਆਪਾਂ ਅਨਾਊਂਸ ਕਰ ਦਾਂਗੇ। ਤੀਜਾ ਕੁਆਟਰ ਸ਼ੁਰੂ ਹੋਣ ਜਾ ਰਿਹਾ ਜੀ, ਚੌਥੇ ਕੁਆਟਰ ਦੇ ਭਲਵਾਨ ਅਨਾਊਂਸ ਕਰ ਦੀਏ ਜੀ। ਕੋਟ ਸਾਹਿਬ ਚੌਥੇ ਕੁਆਟਰ ਦੇ ਭਲਵਾਨ ਦਰਸ਼ਨ ਕੋਟ ਜੀ ਸਾਡੇ ਦਰਮਿਆਨ ਆਏ ਆ, ਵਿਸ਼ੇਸ਼ ਤੌਰ ਤੇ ਸਵਾਗਤ ਕਰਦੇ ਆ ਆਪਾਂ ਸਾਡੇ ਇਸ ਇਲਾਕੇ ਦੀ ਬਹੁਤ ਪਿਆਰੀ ਸ਼ਖਸੀਅਤ ਨੇ ਦਰਸ਼ਨ ਕੋਟ ਸਾਹਿਬ। ਅਗਲੀ ਕੁਸ਼ਤੀ ਰੋਹਨ ਹੁਸ਼ਿਆਰਪੁਰ ਤੇ ਜੈਪ੍ਰੀਤ ਮੁੱਲਾਪੁਰ। ਵਾਹ ਜੀ ਵਾਹ, ਰਵੀ ਭਾਜੀ ਨੇ ਜਾਣਕਾਰੀ ਦਿੱਤੀ ਹੈ ਵੀ ਮੁੱਲਾਪੁਰ ਗਰੀਬਦਾਸ ਦੇ ਵਿੱਚ ਇੱਥੇ ਕਹਿੰਦੇ ਗੂੜੀਆਂ ਰਿਸ਼ਤੇਦਾਰੀਆਂ ਨੇ, ਜਵਾਈ ਭਾਈ ਨੇ, ਦਰਸ਼ਨ ਕੋਟ ਸਾਹਿਬ ਜੀ ਸਾਡੇ ਦਰਮਿਆਨ ਪੁੱਜੇ ਨੇ। ਵਿਸ਼ੇਸ਼ ਤੌਰ ਤੇ ਸਵਾਗਤ ਹੈ ਅੱਜ ਦੇ ਇਸ ਸਪੋਰਟਸ ਇਵੈਂਟ ਦੇ ਵਿੱਚ ਪੁੱਜਣ ਤੇ। ਪੰਡਿਤ ਰਾਜਪਾਲ ਜੀ, ਉਹਨਾਂ ਦੇ ਬੇਟੀ ਨੀਲਮ ਸ਼ਰਮਾ ਜੀ ਦੇ ਜਿਹੜੇ ਹਸਬੈਂਡ ਨੇ, ਜਵਾਈ ਭਾਈ ਨੇ ਮੁੱਲਾਪੁਰ ਤੋਂ ਦਰਸ਼ਨ ਕੋਟ ਸਾਹਿਬ ਪੁੱਜੇ ਆ, ਵਿਸ਼ੇਸ਼ ਤੌਰ ਤੇ ਸਵਾਗਤ ਹੈ। ਬਹੁਤ ਵਧੀਆ ਜਿਹੜੇ ਮੁਕਾਬਲੇ ਚੱਲ ਰਹੇ ਤੇ ਗੁਰਨੂਰ 2 ਪੁਆਇੰਟ ਜਿਹੜੇ ਪ੍ਰਾਪਤ ਕਰ ਗਿਆ ਹੈ ਤੇ ਵੇਖਾਂਗੇ ਵੀ ਹੁਣ ਕਿੱਦਾਂ ਦਾ ਜਿਹੜਾ ਪ੍ਰਦਰਸ਼ਨ ਦੋਨੋਂ ਪਹਿਲਵਾਨਾਂ ਦਰਮਿਆਨ ਹੋਵੇਗਾ। ਨੈਕਸਟ ਕੁਸ਼ਤੀ ਬੋਲਦੀ ਗੋਲ ਸਾਹਿਬ ਆਪਾਂ ਬਹੁਤ ਵਧੀਆ ਤੇ ਰੋਮਾਂਚਕ ਜਿਹੜਾ ਮੈਚ, ਇਹ ਕੁਸ਼ਤੀ ਦਾ ਮੁਕਾਬਲਾ ਜਿਹੜਾ ਚੱਲ ਰਿਹਾ ਹੈ, ਸ਼ਾਨਦਾਰ ਤੇ ਜਾਨਦਾਰ ਜਿਹੜਾ ਪ੍ਰਦਰਸ਼ਨ ਹੈ ਗੁਰਨੂਰ ਉੱਪਰਲੇ ਪਾਸੇ 2 ਪੁਆਇੰਟ ਹੋਰ ਪ੍ਰਾਪਤ ਕਰਦਾ ਹੋਇਆ, 2 ਪੁਆਇੰਟ ਜਿਹੜਾ ਪ੍ਰਾਪਤ ਕਰ ਗਿਆ ਹੈ। ਇੱਕ ਪਾਸੇ ਮੈਂ ਵੇਖ ਰਿਹਾ ਵੀ ਪੜਛ ਖਾੜੇ ਤੋਂ ਜਿਹੜਾ ਪਹਿਲਵਾਨ ਹੈ ਤੇ ਦੂਸਰੇ ਪਾਸੇ ਮੁੱਲਾ ਪ੍ਰਗਰੀਬ ਦਾ ਖਾੜਾ ਰੈੱਡ ਕੋਸਟਿਊਮ ਦੇ ਵਿੱਚ ਗੁਰਨੂਰ ਪਹਿਲਵਾਨ। ਬਹੁਤ ਵਧੀਆ ਪ੍ਰਦਰਸ਼ਨ ਹੈ, ਲੱਗਦਾ ਵੀ 1 ਪੁਆਇੰਟ ਜਿਹੜਾ ਹੋਰ, ਪਰ ਆਫੀਸ਼ੀਅਲ ਦੇ ਫੈਸਲੇ ਜਿਹੜੇ ਹੋਣਗੇ। ਨੈਕਸਟ ਮੁਕਾਬਲਾ ਦੱਸ ਦਈਏ ਜੀ ਆਪਾਂ, ਕੋਟ ਸਾਹਿਬ ਕਿਹੜਾ ਦਰਮਿਆਨ ਹੈ ਜੀ, ਚੌਥਾ ਕੁਆਟਰ ਫੋਰਥ ਕੁਆਟਰ ਬੋਲਦੇ ਜੀ, ਕਿਹੜੇ ਦਰਮਿਆਨ ਹੈ ਚੌਥਾ? ਰੋਹਨ ਹੁਸ਼ਿਆਰਪੁਰ ਤੇ ਜੈਪ੍ਰੀਤ ਮੁੱਲਾਪੁਰ, ਉਸ ਤੋਂ ਬਾਅਦ ਇੱਕ ਕੁਸ਼ਤੀ ਸਰਵਨ ਵਾਲੀ ਹੈ, ਸਰਵਨ ਵਾਲੀ ਹੋਣੀ। ਹਾਂਜੀ, ਉਸ ਤੋਂ ਬਾਅਦ ਲੜਕੇ ਦੇ ਕਰਾ ਦੀਆਂ ਜੀ। ਹਾਂਜੀ ਹਾਂਜੀ, ਰਵੀ ਭਾਜੀ ਦੋ ਪ੍ਰੀ ਕੁਆਟਰ ਕਰਾ ਕੇ ਫਿਰ ਕੁਆਟਰ ਬਣ ਜਾਣੇ ਆ ਜੀ। ਬਹੁਤ ਵਧੀਆ ਜਿਹੜੇ ਮੁਕਾਬਲੇ ਹੈ, 6-0 ਜੀ ਲਾਲ ਦੇ 6 ਗੁਰਨੂਰ ਦੇ ਕੁਲਦੀਪ ਦੇ
ਗੁਰਨੂਰ ਕੋਲਾਪੁਰ ਦੇ 6 ਪੁਆਇੰਟ ਨੇ, ਕੁਲਦੀਪ ਪਰਸ਼ ਦੇ ਜਿਹੜੇ ਉਹ 0 ਹੈ ਨੇ। ਦੇਖਾਂਗੇ ਵੀ ਕੌਣ ਜਿਹੜਾ ਬਾਜੀ ਜਿੱਤੇਗਾ ਇਸ ਮੁਕਾਬਲੇ ਦੇ ਵਿੱਚ। ਤੀਜਾ ਕੁਆਟਰ ਹੈ, ਇਸ ਤੋਂ ਬਾਅਦ ਇੱਕ ਕੁਆਟਰ ਬਾਕੀ ਹੈ, ਉਸ ਤੋਂ ਬਾਅਦ ਲਕਸ਼ਮਣ ਵਾਲੀ ਕੁਸ਼ਤੀ ਹੈ, ਤਿਆਰ ਰਹਿਣਗੇ ਪਹਿਲਵਾਨ। ਫਿਰ ਉਸ ਤੋਂ ਬਾਅਦ ਜਿਹੜੇ ਮੁਕਾਬਲੇ ਲੜਕੀਆਂ ਦੇ 60 kg ਟਾਈਟਲ ਦੇ ਲਈ ਬਾਲ ਕੇਸਰੀ ਦੇ ਲਈ ਤਿਆਰ ਹੋਣਗੇ ਖਿਡਾਰੀਆਂ। ਮੇਰੀ ਬੇਨਤੀ ਵਾਰਮ ਅਪ ਰਹਿਣ, ਬਹੁਤ ਵਧੀਆ ਜਿਹੜੇ ਮੁਕਾਬਲੇ ਆਪਾਂ ਵੇਖ ਰਹੇ ਵੀ ਮੁੱਲਾਪੁਰ ਗਰੀਬ ਦਾਸ ਅਖਾੜੇ ਦੇ ਵਿੱਚ ਇਸ ਬਹੁਤ ਵਧੀਆ ਸਟੇਡੀਅਮ ਦੇ ਵਿੱਚ ਚੱਲ ਰਹੇ ਹੈ। ਸਾਡੇ ਬਹੁਤ ਹੀ ਸਤਿਕਾਰਯੋਗ ਕੋਚ ਸਾਹਿਬ ਆਰ ਐਸ ਕੁੰਡੂ ਜੀ ਸਾਡੇ ਦਰਮਿਆਨ ਬੈਠੇ ਨੇ। ਵੱਡੀ ਜ਼ਿੰਮੇਵਾਰੀ ਹੈ, ਪੰਜਾਬ ਕੁਸ਼ਤੀ ਐਸੋਸੀਏਸ਼ਨ ਦੇ ਜਨਰਲ ਸੈਕਟਰੀ ਨੇ, ਅਤੇ ਨਾਲ ਉੱਧਰ ਸਾਡੇ ਦਰਮਿਆਨ ਬਹੁਤ ਹੀ ਸਤਿਕਾਰਯੋਗ ਦਰਸ਼ਨ ਕੋਚ ਸਾਹਿਬ ਜੀ ਵਿਸ਼ੇਸ਼ ਤੌਰ 'ਤੇ ਪੁੱਜੇ ਹੋਏ ਹੈ। ਔਰ ਸਾਹਮਣੇ ਮੁਕਾਬਲਾ ਬੜਾ ਚੋਟੀ ਦਾ ਹੈ, ਬਹੁਤ ਵਧੀਆ ਜਿਹੜੇ ਮੁਕਾਬਲੇ ਚੱਲ ਰਹੇ ਹੈ। ਇੱਕ ਪਾਸੇ ਗੁਰਨੂਰ ਪਹਿਲਵਾਨ ਹੈ ਲਾਲ ਕੋਸਟਿਊਮ ਦੇ ਵਿੱਚ ਮੁੱਲਾ ਪ੍ਰੀਆ, ਤੇ ਨਾਲ ਕੁਲਦੀਪ ਪਰਸ਼। ਬਹੁਤ ਵਧੀਆ ਤਰੀਕੇ ਦੇ ਨਾਲ ਜਿਹੜਾ ਮੁਕਾਬਲਾ ਚੱਲ ਰਿਹਾ ਦੋਨੋਂ ਪਹਿਲਵਾਨਾਂ ਦਰਮਿਆਨ, ਲਗਾਤਾਰ ਪੁਆਇੰਟਾਂ ਦਾ ਵਾਧਾ ਕਰੀ ਜਾ ਰਿਹਾ ਹੈ, ਲਗਾਤਾਰ ਪੁਆਇੰਟਾਂ ਦਾ ਵਾਧਾ ਜਿਹੜਾ ਗੁਰਨੂਰ ਕਰ ਰਿਹਾ ਹੈ। ਇਸ ਤੋਂ ਬਾਅਦ ਜਿਹੜੀ ਕੁਸ਼ਤੀ ਹੈ ਦੋਨੋਂ ਪਹਿਲਵਾਨ ਜਿਹੜੇ ਰੇਡੀ ਰਹਿਣ ਚੌਥੇ ਕੁਆਟਰ ਦੇ ਲਈ। ਗੋਲਡੀ ਭਾਜੀ ਸਾਡੇ ਵਿਸ਼ੇਸ਼ ਤੌਰ ਤੇ ਵੱਡੀ ਜ਼ਿੰਮੇਵਾਰੀ ਹੈ, ਬਹੁਤ ਬਿਹਤਰੀਨ ਜਿਹੜਾ ਮੁਕਾਬਲਾ। ਗੁਰਲਾਲ ਪਹਿਲਵਾਨ ਵੀ ਪੁੱਜਿਆ ਹੋਇਆ, ਛੋਟਾ ਭਤੀਜ ਹੈ ਸਾਡਾ, ਬਹੁਤ ਵਧੀਆ ਜਿਹੜਾ ਮੁਕਾਬਲਾ। ਤੇ ਮੈਨੂੰ ਲੱਗਦਾ 2 ਪੁਆਇੰਟ ਜਿਹੜੇ ਬਲਿਊ ਨੇ ਜਿਹੜੇ ਪ੍ਰਾਪਤ ਕੀਤੇ ਹੈ। ਸਾਡੇ ਬਹੁਤ ਹੀ ਸਤਿਕਾਰਯੋਗ ਸਮੁੱਚੇ ਜਿੰਨੀ ਵੀ ਸਾਡੀ ਪ੍ਰਬੰਧਕੀ ਕਮੇਟੀ ਹੈ ਸਾਰੇ ਵਧਾਈ ਦੇ ਪਾਤਰ ਨੇ। 2 ਪੁਆਇੰਟ ਜਿਹੜੇ ਹੋਰ ਗੁਰਨੂਰ ਨੇ ਜੋੜ ਲਏ ਹੈ, ਔਰ ਮੈਨੂੰ ਲੱਗਦਾ ਵੀ ਇਸ ਮੁਕਾਬਲੇ ਦੇ ਵਿੱਚ ਤਾੜੀ ਤੂੜੀ ਮਾਰ ਦਿਓ, ਇੱਕ ਵਾਰੀ ਗੁਰਨੂਰ ਕੁਸ਼ਤੀ ਜਿੱਤ ਗਿਆ ਹੈ। ਬਹੁਤ ਵਧੀਆ ਜਿਹੜਾ ਮੁਕਾਬਲਾ ਹੋਇਆ ਤੇ ਗੁਰਨੂਰ ਨੇ ਕੁਸ਼ਤੀ ਜਿੱਤ ਲਈ ਹੈ। ਆਓ ਜੀ ਫੋਰਥ ਕੁਆਟਰ ਦੇ ਪਹਿਲਵਾਨ, ਫੋਰਥ ਕੁਆਟਰ ਦੇ ਪਹਿਲਵਾਨ ਆ ਜਾਣ ਰੋਹਨ ਤੇ ਜੈਪ੍ਰੀਤ। ਜੈਪ੍ਰੀਤ ਆ ਗਿਆ, ਜੈਪ੍ਰੀਤ ਰੋਹਨ